ਬਿਸ਼ਪ ਸਾਹਿਬ ਪੰਜਾਬੀ ਅਕੈਡਮੀ ਵੱਲੋਂ ਤੇ ਇੰਡੋ ਯੂਐਸ ਡਾਇਲੋਗ ਪਿੰਕ ਵੱਲੋਂ ਜਿੱਦਾਂ ਮੇਰੇ ਤੋਂ ਪਹਿਲਾਂ ਪ੍ਰੋਫੈਸਰ ਬੋਝ ਹੋਣਾ ਨੇ, ਪ੍ਰੋਫੈਸਰ ਭਜਨ ਹੋਣਾ ਨੇ, ਸੀਤ ਹੋਣਾ ਨੇ, ਡਾਕਟਰ ਨੂਰ ਦਾ ਜਿਹੜਾ ਸਾਹਿਤ ਪੱਖ ਹੈ ਉਹ ਬੜਾ ਡਿਟੇਲ ਦੇ ਵਿੱਚ ਇਹਨਾਂ ਨੇ ਦੱਸਿਆ। ਪਰ ਮੇਰਾ ਉਹਨਾਂ ਦੇ ਨਾਲ ਜਾਤੀ ਤੌਰ 'ਤੇ ਬਹੁਤ ਜ਼ਿਆਦਾ ਲਗਾਓ ਸੀਗਾ। ਮੈਂ ਜਦੋਂ ਪੰਜਾਬ ਸਟੂਡੈਂਟ ਯੂਨੀਅਨ ਦਾ ਜਨਰਲ ਸਕੱਤਰ ਸੀਗਾ ਅਤੇ ਪੰਜਾਬ ਦੇ ਵਿੱਚ 84, 85, 86, 87, 88 ਦੇ ਵਿੱਚ ਬੜੇ ਹਾਲਾਤ ਜਿਹੜੇ ਖਰਾਬ ਸੀਗੇ, ਬਹੁਤ ਨਾਜ਼ੁਕ ਸੀਗੇ, ਅਤੇ ਉਸ ਟਾਈਮ ਦੇ ਉੱਤੇ ਕਈ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ, ਪਟਿਆਲਾ ਯੂਨੀਵਰਸਿਟੀ ਦੇ ਵਿੱਚ, ਇੱਕ ਵਾਰ ਦਿੱਲੀ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਸੈਮੀਨਾਰ ਦੇ ਵਿੱਚ ਨੂਰ ਸਾਹਿਬ ਨਾਲ ਬੋਲਣ ਦਾ ਵੀ ਮੌਕਾ ਮਿਲਿਆ। ਉਹਨਾਂ ਨਾਲ ਪੰਜਾਬ ਦੇ ਉੱਤੇ, ਪੰਜਾਬ 'ਚ ਜੋ ਕੁਝ ਹੋ ਰਿਹਾ ਉਹ ਗੱਲ ਕਰਨ ਦਾ ਬੜਾ ਖੁੱਲ੍ਹ ਕੇ ਉਹਨਾਂ ਨਾਲ ਬਹਿਸ ਖੁਲਾਸਾ ਵੀ ਹੋਇਆ ਕਿ ਪੰਜਾਬ ਦੀ ਤਰਾਸਗੀ ਜਿਹੜੀ ਇਹਨੂੰ ਕਿਹੜੇ ਕਿਹੜੇ ਐਂਗਲਾਂ ਤੋਂ ਵੇਖਣਾ ਚਾਹੀਦਾ। ਪਰ ਮੇਰਾ ਜ਼ਿਆਦਾ ਵਾਹ ਉਹਨਾਂ ਨਾਲ ਉਦੋਂ ਪਿਆ ਜਦੋਂ ਅਸੀਂ ਆਪਣੇ ਪਿੰਡ ਦੇ ਵਿੱਚ ਹਾਸ਼ਮ ਸ਼ਾਹ ਦੀ ਯਾਦ ਦੇ ਵਿੱਚ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ ਅਤੇ 95 ਦੇ ਵਿੱਚ ਅਸੀਂ ਜਗਦੇਵ ਕਲਾਂ, ਹਾਸ਼ਮ ਦਾ ਜੱਦੀ ਪਿੰਡ ਹੈ ਜਿਸ ਪਿੰਡ ਦਾ ਮੈਂ ਜੰਪਲ ਹੈ, ਅਸੀਂ ਇੱਕ ਹਾਸ਼ਮ ਦੀ ਯਾਦ ਦੇ ਵਿੱਚ ਅੰਤਰਰਾਸ਼ਟਰੀ ਕਾਨਫਰੰਸ ਰੱਖੀ ਜਿਹਦੇ 'ਚ ਕੋਈ 7-8 ਦੇਸ਼ਾਂ ਦੇ ਡੈਲੀਗੇਟ ਜਿਹੜੇ ਪਹੁੰਚੇ ਸੀਗੇ। ਅਤੇ ਉਸ ਸਮੇਂ ਭਾਜੀ ਗੁਰਸ਼ਰਨ ਹੋਣੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸੀ ਅਤੇ ਡਾਕਟਰ ਤਾਰਾ ਸਿੰਘ ਸੰਧੂ ਉਹਦੇ ਜਨਰਲ ਸਕੱਤਰ ਸੀਗੇ। ਉਹ ਕਾਨਫਰੰਸ ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਦੇ ਨਾਲ ਕੀਤੀ ਅਤੇ ਜਦੋਂ ਉਹਦੀ ਪਹਿਲੀ ਮੀਟਿੰਗ ਅਸੀਂ ਅੰਮ੍ਰਿਤਸਰ ਦੇ ਵਿੱਚ ਕੀਤੀ, ਭਾਜੀ ਗੁਰਸ਼ਰਨ ਨੇ ਉਸ ਮੀਟਿੰਗ ਦੀ ਸਾਡੀ ਪ੍ਰਧਾਨਗੀ ਕੀਤੀ ਅਤੇ ਉਹਨਾਂ ਨੂੰ ਜਦੋਂ ਪੁੱਛਿਆ ਕਿ ਹਾਸ਼ਮ ਦੇ ਉੱਤੇ ਸਭ ਤੋਂ ਜ਼ਿਆਦਾ ਰਿਸਰਚ ਜਿਹੜੀ ਹੈ ਉਹ ਡਾਕਟਰ ਹਰਨਾਮ ਸਿੰਘ ਸ਼ਾਨ ਉਹਨਾਂ ਦੀ ਹੈ, ਔਰ ਬਹੁਤ ਸਾਰੇ ਲੋਕਾਂ ਨੇ ਸ਼ਾਇਦ ਉਹ ਕਿਤਾਬ ਵੇਖੀ ਹੋਵੇ, ਕੋਈ 1000 ਪੇਜ ਦੇ ਲਾਗੇ ਉਹਨਾਂ ਦੀ ਬੁੱਕ ਹੈ ਸੱਸੀ ਹਾਸ਼ਮ, ਜਿਹੜੀ ਪਹਿਲਾਂ ਉਹਨਾਂ ਨੇ ਆਪ ਛਾਪੀ, ਬਾਅਦ 'ਚ ਪਟਿਆਲਾ ਯੂਨੀਵਰਸਿਟੀ ਨੇ ਛਾਪੀ। ਅਤੇ ਭਾਜੀ ਗੁਰਸ਼ਰਨ ਕਹਿੰਦੇ ਕਿ ਇਸ ਕਿਤਾਬ ਦੇ ਉੱਤੇ ਉਹ ਕਾਨਫਰੰਸ ਦੇ ਵਿੱਚ ਜ਼ਰੂਰ ਚਰਚਾ ਹੋਣੀ ਚਾਹੀਦੀ ਹੈ। ਅਤੇ ਜਦੋਂ ਭਾਜੀ ਨੂੰ ਕਿਹਾ ਕਿ ਇਹਦੇ ਲਈ ਪੇਪਰ ਕਿਹੜਾ ਵਧੀਆ ਬੰਦਾ ਲਿਖ ਸਕਦਾ ਹੈ ਅਤੇ ਕੌਣ ਵਧੀਆ ਬੋਲ ਸਕਦਾ ਇਹਦੇ 'ਤੇ, ਤਾਂ ਕਹਿੰਦੇ ਕਿ ਜੇ ਡਾਕਟਰ ਨੂਰ ਮੰਨ ਜਾਣ ਦਿੱਲੀ ਤੋਂ ਆਉਣ ਲਈ ਉਹ ਇਹਦੇ 'ਤੇ ਸਭ ਤੋਂ ਵਧੀਆ ਅੱਛੇ ਢੰਗ ਨਾਲ ਬੋਲ ਵੀ ਸਕਦੇ ਆ ਅਤੇ ਪੇਪਰ ਵੀ ਲਿਖ ਸਕਦੇ ਆ। ਅਤੇ ਥੋੜ੍ਹੇ ਦਿਨ ਬਾਅਦ ਹੀ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਹੀ ਇੱਕ ਸੈਮੀਨਾਰ ਸੀਗਾ ਅਤੇ ਮੈਂ ਅਤੇ ਡਾਕਟਰ ਤਾਰਾ ਸਿੰਘ ਸੰਧੂ ਨੂਰ ਹੋਣਾਂ ਨੂੰ ਮਿਲ ਕੇ ਪਟਿਆਲੇ ਅਸੀਂ ਮਿਲਣ ਵਾਸਤੇ ਗਏ ਅਤੇ ਜਦੋਂ ਉਹਨਾਂ ਨੂੰ ਦੱਸਿਆ ਕਿ ਹਾਸ਼ਮ ਦੇ ਪਿੰਡ ਅਸੀਂ ਇੱਦਾਂ ਕਰਨਾ ਚਾਹੁੰਦੇ ਤਾਂ ਉਹ ਇੰਨੇ ਖੁਸ਼ ਹੋਏ। ਉਹਨਾਂ ਨੇ ਆਪ ਪੇਪਰ ਲਿਖਣ ਦੀ ਵੱਖਰੀ ਗੱਲ, ਨਾਲ ਹੋਰ ਵਿਦਵਾਨ ਜਿਹੜੇ ਟੌਪ ਦੇ ਦਿੱਲੀ ਵਗੈਰਾ ਤੋਂ, ਚੰਡੀਗੜ੍ਹ ਤੋਂ, ਬੰਬੇ ਤੋਂ ਕਈ ਬੰਦੇ ਉਹਨਾਂ ਨੇ ਸਾਨੂੰ ਲਿਸਟ ਵੀ ਦਿੱਤੀ ਅਤੇ ਫੋਨ ਵੀ ਕੀਤੇ। ਉਸ ਕਾਨਫਰੰਸ ਦੇ ਵਿੱਚ 2 ਦਿਨ ਕੋਈ 250 ਦੇ ਕਰੀਬ ਪੰਜਾਬ ਦਾ ਅਤੇ ਬਾਅਦ ਦੇ ਸਾਹਿਤਕਾਰ ਸੀਗੇ ਅਤੇ ਮੁੱਖ ਪੇਪਰ ਜਿਹੜਾ ਡਾਕਟਰ ਨੂਰ ਹੋਣਾ ਦਾ ਸੀਗਾ, ਹੋਰ ਵੀ ਬੜੇ ਪੇਪਰ ਸੀਗੇ ਉਹਦੇ ਵਿੱਚ। ਅਤੇ ਕਾਨਫਰੰਸ ਦੇ ਵਿੱਚ ਜਿੰਨੇ ਵਿਦਵਾਨ ਲੋਕ ਆਏ ਸੀ ਅਸੀਂ ਸਭ ਲੋਕਾਂ ਦਾ ਜਿਹੜਾ ਰਹਿਣ ਲਈ ਪ੍ਰਬੰਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕੀਤਾ ਸੀ, ਜਿੱਥੋਂ ਮੈਨੂੰ ਲੱਗਾ ਕਿ ਉਹ ਬੰਦੇ ਬੜੇ ਵੱਡੇ ਆ। ਅਤੇ ਕਾਨਫਰੰਸ ਤੋਂ ਇੱਕ ਦਿਨ ਪਹਿਲਾਂ ਸਵੇਰੇ ਪੰਜਾਬ ਦੇ ਗਵਰਨਰ ਨੇ ਕਾਨਫਰੰਸ ਦਾ ਉਦਘਾਟਨ ਕਰਨਾ ਸੀਗਾ ਅਤੇ ਮੈਂ ਤਾਰਾ ਸਿੰਘ ਸੰਧੂ ਨੂੰ ਕਿਹਾ ਕਿ ਜਿਹੜੇ ਜਿਹੜੇ ਵਿਦਵਾਨਾਂ ਨੇ ਪੇਪਰ ਲਿਖੇ ਆ ਆਪਾਂ ਉਹਨਾਂ ਵਿਦਵਾਨਾਂ ਕੋਲ ਪੇਪਰ ਕਲੈਕਟ ਕਰਕੇ ਉਹਦੀਆਂ ਕਾਪੀਆਂ ਕਰ ਲਈਏ ਅਤੇ ਸਵੇਰੇ ਆਪਾਂ ਵੰਡਣੇ ਆ। ਅਤੇ ਸ਼ਾਮ ਨੂੰ ਅਸੀਂ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਗਏ ਅਤੇ ਡਾਕਟਰ ਨੂਰ ਹੋਣੀ, ਡਾਕਟਰ ਫਰੈਂਕ, ਬਿਕਰਮ ਸਿੰਘ ਕੁੱਬਣ, ਬਹੁਤ ਲੋਕ, ਡਾਕਟਰ ਕਰਨੈਲ ਸਿੰਘ ਹੋਣੀ, ਬੜੇ ਲੋਕ ਬੈਠੇ ਆਪਣੇ ਦਾਰੂ ਦੂਰ ਪੀ ਰਹੇ ਸੀਗੇ, ਗੱਪਾਂ ਲਾ ਰਹੇ, ਜਿੰਨੇ ਵੀ ਲੋਕ ਕਾਨਫਰੰਸ ਦੇ ਵਿੱਚ ਆਉਣ ਵਾਲੇ ਸੀਗੇ। ਅਤੇ ਅਸੀਂ ਡਾਕਟਰ ਨੂਰ ਹੋਣਾਂ ਨੂੰ ਉਠਾਇਆ ਅਤੇ ਪੁੱਛਿਆ ਕਿ ਸਾਡਾ ਪੇਪਰ ਕਿੱਥੇ ਹੈ। ਉਹ ਅਸੀਂ ਗੱਲਾਂ ਕਰਦੇ ਕਰਦੇ ਉਹ ਆਪਣੇ ਜਿਹੜੇ ਕਮਰੇ 'ਚ ਉੱਥੇ ਲੈ ਗਏ ਅਤੇ ਮੈਂ ਕਿਹਾ ਮਹਾਰਾਜ ਪੇਪਰ ਦਿਓ, ਸਵੇਰੇ ਅਸੀਂ ਕਾਪੀਆਂ ਕਰਨੀਆਂ ਉਹਦੀਆਂ। ਅਤੇ ਉਹ ਕਹਿੰਦੇ ਪੇਪਰ ਤਾਂ ਮੈਂ ਅਜੇ ਲਿਖਿਆ ਹੀ ਨਹੀਂ। ਅਤੇ ਮੈਂ ਤਾਂ ਜਦੋਂ ਉਹਨਾਂ ਨੇ ਕਿਹਾ ਕਿ ਪੇਪਰ ਮੈਂ ਲਿਖਿਆ ਹੀ ਨਹੀਂ, ਮੇਰਾ ਬਹੁਤਾ ਪੇਪਰਾਂ ਬਾਰੇ ਐਕਸਪੀਰੀਅੰਸ ਨਹੀਂ, ਮੇਰਾ ਤਾਂ ਰੰਗ ਹੀ ਉੱਡ ਗਿਆ। ਮੈਂ ਕਿਹਾ ਵੀ ਤੁਸੀਂ ਪੇਪਰ ਨਹੀਂ ਲਿਖਿਆ ਮਹਾਰਾਜ, ਤੁਹਾਡਾ ਹੀ ਤਾਂ ਮੁੱਖ ਪੇਪਰ ਹੈ। ਕਹਿੰਦੇ ਕੋਈ ਨਹੀਂ ਲਿਖ ਲੈਂਦੇ ਆਪਾਂ, ਤੁਸੀਂ ਘਬਰਾਓ ਨਾ। ਅਤੇ ਉਹਨਾਂ ਨੇ ਸਰਾਣੇ ਜਿੱਥੇ ਉਹਨਾਂ ਦਾ ਬੈੱਡ ਸੀਗਾ ਉੱਥੇ ਡਾਕਟਰ ਸ਼ਾਨ ਦੀ ਕਿਤਾਬ ਪਈ ਸੀ। ਤਾਂ ਮੈਨੂੰ ਕਹਿੰਦੇ ਕਿ ਮੈਂ ਪਹਿਲਾਂ ਵੀ ਇਹ ਕਿਤਾਬ ਪੜ੍ਹੀ ਆ ਅਤੇ ਅੱਜ ਮੈਂ ਦਿੱਲੀ ਤੋਂ ਆਉਂਦਿਆਂ ਟ੍ਰੇਨ ਦੇ ਵਿੱਚ ਇਸ ਕਿਤਾਬ ਨੂੰ ਸਾਰਾ ਦੇਖ ਲਿਆ ਅਤੇ ਮੈਂ ਸਵੇਰੇ ਉੱਠ ਕੇ ਪੇਪਰ ਲਿਖਣਾ। ਅਤੇ ਤੁਸੀਂ ਮੰਨੋਗੇ ਕਿ ਸਵੇਰੇ ਉਹ ਉੱਠੇ, ਰਾਤ 'ਤੇ ਦਾਰੂ ਪੀਂਦੇ ਰਹੇ, ਮਹਿਫਲ ਲੱਗੀ ਰਹੀ, ਸਵੇਰੇ ਉਹਨਾਂ ਨੇ ਉੱਠ ਕੇ ਹਾਸ਼ਮ ਦੀ ਉਸ ਕਿਤਾਬ ਦੇ ਉੱਤੇ ਕੋਈ 16-17 ਪੇਜ ਦਾ ਪੇਪਰ ਅਜੇ ਮੇਰੇ ਫਾਈਲ ਦੇ ਵਿੱਚ ਲੱਗਾ ਹੈ।
17 ਪੇਜ ਦਾ ਪੇਪਰ 12 ਵਜੇ ਕਾਨਫਰੰਸ ਸ਼ੁਰੂ ਹੋਣੀ 11:30 ਉਹ ਪਹੁੰਚ ਗਏ ਤੇ ਮੈਨੂੰ ਆਉਂਦਿਆਂ ਉਹਨਾਂ ਆਵਾਜ਼ ਮਾਰ ਕੇ ਉਹ ਪੇਪਰ ਜਿਹੜਾ ਦਿੱਤਾ ਗਿਆ ਮੇਰਾ ਪੇਪਰ ਲਓ ਤੇ ਮੈਂ ਬੜਾ ਹੈਰਾਨ ਹੋਇਆ ਕਿ ਐਡਾ ਵੱਡਾ ਬੰਦਾ ਜਿਹੜਾ ਰਾਤ ਵੀ ਇਹਨੇ ਇੱਕ ਅੱਖਰ ਨਹੀਂ ਸੀ ਲਿਖਿਆ ਤੇ ਸਵੇਰੇ ਉੱਠ ਕੇ ਇੱਕ ਕਾਨਫਰੰਸ ਦਾ ਮੁੱਖ ਪੇਪਰ ਜਿਹੜਾ ਹੈ ਬੰਦਾ ਲਿਖ ਕੇ ਲਾਇਆ ਉਦੋਂ ਪੇਪਰ ਵੀ ਬਹੁਤ ਹੀ ਵਧੀਆ ਸੀ ਜਿੰਨੇ ਵਿਦਵਾਨ ਸੀਗੇ ਸਭ ਲੋਕਾਂ ਨੇ ਉਹ ਪੇਪਰ ਦੀ ਬੜੀ ਸਿਫਤ ਕੀਤੀ ਉਹ ਤੋਂ ਬਾਅਦ ਮੈਂ ਲਗਭਗ ਦੂਰ ਹੋਣਾ ਨਾ ਬਹੁਤ ਉਹਨਾਂ ਦੇ ਨੇੜੇ ਰਿਹਾ ਜਾਤੀ ਤੌਰ 'ਤੇ ਵੀ ਅਤੇ ਜਦੋਂ ਅਸੀਂ 2008 ਦੇ ਵਿੱਚ ਅਸੀਂ ਇੱਥੇ ਤੁਹਾਨੂੰ ਪਤਾ ਹੀ ਆ ਕਿ ਗਦਰੀ ਲਹਿਰ ਜਿਹੜੀ ਆ ਗਦਰ ਲਹਿਰ ਕੈਲੀਫੋਰਨੀਆ ਦੀ ਧਰਤੀ ਤੋਂ ਸ਼ੁਰੂ ਹੋਈ ਹੈ ਅਤੇ ਗਦਰੀ ਬਾਬਿਆਂ ਦੇ ਨਾਂ 'ਤੇ ਇੱਥੇ ਮੇਲੇ ਵੀ ਲੱਗਦੇ ਆ ਬੜਾ ਚੰਗਾ ਪਰ ਮੈਂ ਚਾਹੁੰਦਾ ਸੀਗਾ ਕਿ ਥੋੜ੍ਹਾ ਜਿਹਾ ਇੱਕ ਹਟ ਕੇ ਕੰਮ ਜਿਹੜਾ ਵੀ ਇਸ ਗਦਰ ਦੀ ਮੂਵਮੈਂਟ ਨੂੰ ਹੋਰਨਾਂ ਐਂਗਲਾਂ ਤੋਂ ਵੇਖਿਆ ਜਾਵੇ ਇਕੱਲੇ ਗਾਉਣ ਨੱਚਣ ਟੱਪਣ ਤੋਂ ਨਹੀਂ ਦੇਖਣਾ ਚਾਹੀਦਾ ਅਤੇ ਜਦੋਂ ਇੱਥੇ ਕਾਨਫਰੰਸਾਂ ਦਾ ਦੌਰ ਸ਼ੁਰੂ ਕੀਤਾ ਅਤੇ ਡਾਕਟਰ ਨੂਰ ਹੋਣਾ ਨੂੰ ਜਦੋਂ ਕਿਹਾ ਕਿ ਤੁਸੀਂ ਆਓ ਬਾਬਿਓ ਤੁਸੀਂ ਆ ਕੇ ਇਹਦਾ ਮੁੱਢ ਬੰਨੋ ਅਤੇ ਉਹਨਾਂ ਨੇ ਉਸੇ ਵੇਲੇ ਮੈਨੂੰ ਕਿਹਾ ਵੀ ਠੀਕ ਹੈ ਮੈਂ ਬਿਜੀ ਬਹੁਤ ਜ਼ਿਆਦਾ ਪਰ ਮੈਂ 7 ਦਿਨ ਲਈ ਆ ਸਕਦਾ ਇਹਦੋਂ ਵੱਧ ਨਹੀਂ ਮੈਂ ਆ ਸਕਦਾ ਉਦੋਂ ਉਸ ਸਮੇਂ ਬਿਮਾਰ ਵੀ ਸੀਗੇ ਹਸਪਤਾਲ ਦੇ ਵਿੱਚੋਂ ਉਹ ਆਏ ਅਤੇ ਪਹਿਲੀ ਵਾਰ ਆ ਕੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਇਹ ਪੇਪਰ ਜਿਹੜਾ 2 ਵੀਕਾਂ ਪਹਿਲਾਂ ਦੇ ਦਿੱਤਾ ਮੈਂ ਉਹਨਾਂ ਨੂੰ ਕਿਹਾ ਕਿ ਪੇਪਰ ਪਹਿਲਾਂ ਦੇ ਦਿਉ ਅਸੀਂ ਅਖਬਾਰਾਂ ਨੂੰ ਦੇਣਾ ਵੰਡਣਾ ਹੈ ਅਤੇ ਉਹ ਜਿਹੜਾ ਪੇਪਰ ਜਿਹੜੀ ਗੱਲ ਕੰਬੋਜ ਇੱਥੇ ਕਹਿ ਕੇ ਗਿਆ ਕਿ ਜਦੋਂ ਇਸ ਧਰਤੀ 'ਤੇ ਆਏ ਮੈਨੂੰ 2 ਚੀਜ਼ਾਂ ਉਹਨਾਂ ਦੀਆਂ ਬਹੁਤ ਵਧੀਆ ਲੱਗੀਆਂ ਅਤੇ ਮੈਂ ਉਹਨਾਂ ਨੂੰ ਉਦੋਂ ਨੇੜੇ ਮੇਰੇ ਘਰ ਵੀ ਰਹੇ ਚਾਰ ਦਿਨ ਉਹ ਲਗਾਤਾਰ ਮੇਰੇ ਘਰ ਦੇ ਇੱਕ ਦਿਨ ਕੁਲਵਿੰਦਰ ਦੇ ਘਰ ਦੇ ਇੱਕ ਦਿਨ ਡਾਕਟਰ ਗੁਰਦੁਮੇਲ ਸਿੱਧੂ ਹੋਣਾ ਦੇ ਰਹੇ ਇੱਕ ਦਿਨ ਸਾਡੇ ਜੱਜ ਸਾਹਿਬ ਪ੍ਰਧਾਨ ਸੀਗੇ ਉਹਨਾਂ ਦੇ ਘਰ ਦੇ 4 ਰਾਤਾਂ ਦੇ 4 ਦਿਨ ਮੈਂ ਇੱਦਾਂ ਮੈਨੂੰ ਲੱਗਾ ਕਿ ਜਿੱਦਾਂ ਮੈਂ ਕਿਸੇ ਲਾਇਬ੍ਰੇਰੀ ਦੇ ਵਿੱਚ ਬੈਠਾ ਦੁਨੀਆ ਦੀ ਕਿਸੇ ਵੱਡੀ ਲਾਇਬ੍ਰੇਰੀ ਦੇ ਵਿੱਚ ਉਹਨਾਂ ਕੋਲ ਮੈਂ ਬਹੁਤ ਜ਼ਿਆਦੀਆਂ ਚੀਜ਼ਾਂ ਬਹੁਤ ਜ਼ਿਆਦਾ ਪੱਖ ਪੰਜਾਬੀ ਸਾਹਿਤ ਦੇ ਧਾਰਮਿਕ ਪੱਖੋਂ ਆਪਣੇ ਗੁਰੂਆਂ ਦੇ ਬਾਰੇ 'ਚ ਇੰਨੀਆਂ ਚੀਜ਼ਾਂ ਉਹ 4 ਦਿਨਾਂ 'ਚ ਦੱਸ ਕੇ ਗਏ ਔਰ ਜਦੋਂ ਉਹਨਾਂ ਨੂੰ ਮੈਂ ਇਸ ਐਂਗਲ ਤੋਂ ਦੇਖਦਾ ਕਿ ਬੰਦਾ ਜਿਹੜਾ ਜਿੱਦਾਂ ਫਤਿਹ ਸਾਹਿਬ ਕਹਿੰਦੇ ਨਾ ਵੀ ਉਹ ਗੁਰਦੁਆਰਿਆਂ 'ਚ ਵੀ ਗਏ ਅਤੇ ਤੁਹਾਨੂੰ ਪਤਾ ਹੋਊਗਾ ਕਿ ਤੁਸੀਂ ਬਹੁਤ ਲੋਕ ਉਹਨਾਂ ਦੀ ਲਾਸਟ ਮੀਟਿੰਗ ਇੱਥੇ ਸੀਗੀ ਜਦੋਂ ਵਾਪਸ ਜਾਣ ਲੱਗੇ ਸੀ ਉਹ ਇੱਥੇ ਵੀ ਅਤੇ ਗੁਰਦੁਆਰਿਆਂ 'ਚ ਵੀ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਬਾਬੇ ਉਹ ਗੁਰਦੁਆਰਿਆਂ 'ਚ ਜਾਣਾ ਹੈ ਉਹ ਕਹਿੰਦੇ ਮੈਂ ਚੱਲਾਂਗਾ ਪਰ ਮੈਂ ਇੱਕ ਗੱਲ ਬੜੀ ਠੋਕ ਕੇ ਬੋਲਦੀ ਹਾਂ ਭਾਵੇਂ ਇਹਦਾ ਵਿਰੋਧ ਹੀ ਹੋ ਜਾਏ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਕਿ ਥੋੜ੍ਹਾ ਇੱਥੇ ਮਾਹੌਲ ਉੱਦਾਂ ਦਾ ਹੁੰਦਾ ਅਤੇ ਤੁਸੀਂ ਮਤਲਬ ਕੋਈ ਚੀਜ਼ਾਂ ਮਤਲਬ ਇੱਦਾਂ ਕੋਈ ਬਹੁਤੀ ਕੜਵੀ ਗੱਲ ਨਹੀਂ ਕਰਨੀ ਤਾਂ ਉਹਨਾਂ ਨੇ ਕਿਹਾ ਕਿ ਬਾਕੀ ਗੱਲ ਮੈਂ ਕਰਾਂ ਨਾ ਕਰਾਂ ਪਰ ਮੈਂ ਸਿੱਖਾਂ ਦੀ ਸਟੇਜ ਤੋਂ ਕਹਿਣਾ ਚਾਹੁੰਦਾ ਮੈਂ ਕਹਿੰਦਾ ਕਿ ਗੁਰੂ ਨਾਨਕ ਜਿਹੜਾ ਸਿੱਖਾਂ ਦਾ ਸਭ ਤੋਂ ਵੱਡਾ ਕਵੀ ਅਤੇ ਸਿੱਖਾਂ ਨੂੰ ਗੁਰੂ ਦੇ ਤੌਰ 'ਤੇ ਅਤੇ ਕਵੀ ਦੇ ਤੌਰ 'ਤੇ ਗੁਰੂ ਨਾਨਕ ਨੂੰ ਜਿਹੜਾ ਉਹ ਮੰਨਣਾ ਚਾਹੀਦਾ ਜਿਹੜੀ ਉਹਨਾਂ ਨੇ ਸਾਨੂੰ ਅਜੇ ਗੁਰਦੁਆਰੇ ਦੀ ਸਟੇਜ ਤੋਂ ਫ੍ਰੀ ਮੋਡ ਦੀ ਸਟੇਜ ਦੇ ਉੱਤੋਂ ਦੋਵਾਂ ਥਾਵਾਂ ਤੋਂ ਉਹਨਾਂ ਨੇ ਬੜਾ ਖੁੱਲ੍ਹ ਕੇ ਗੁਰੂ ਨਾਨਕ ਸਾਹਿਬ ਦੇ ਬਾਰੇ ਦੇ ਵਿੱਚ ਉਹ ਬੋਲ ਕੇ ਗਏ ਉਦੋਂ ਇੱਥੇ ਵੀ ਜਦੋਂ ਬੋਲੇ ਤੁਹਾਨੂੰ ਪਤਾ ਉਹਦਾ ਰਿਐਕਸ਼ਨ ਵੀ ਇੱਥੇ ਹੋਇਆ ਜਦੋਂ ਉਹਨਾਂ ਨੇ ਇੱਥੇ ਬੋਲਿਆ ਕਿ ਗੁਰੂ ਨਾਨਕ ਨੂੰ ਇਕੱਲੇ ਗੁਰੂ ਵਾਲੇ ਐਂਗਲ ਤੋਂ ਨਹੀਂ ਵੇਖਣਾ ਚਾਹੀਦਾ ਉਹ ਸਾਡਾ ਬੜਾ ਵੱਡਾ ਕਵੀ ਸੀਗਾ ਉਹ ਇਸ ਗੱਲ ਦੇ ਮਰੀਜ਼ ਸੀਗੇ ਸੋ ਮੈਂ ਸਮਝਦਾ ਕਿ ਡਾਕਟਰ ਨੂਰ ਹੋਣੀ ਹੁਣ ਵੀ ਤੁਸੀਂ ਪੜ੍ਹਿਆ ਆਰਟੀਕਲਾਂ ਦੇ ਵਿੱਚ ਅਸੀਂ ਖਬਰਾਂ ਵੀ ਦਿੱਤੀਆਂ ਸੀਗੀਆਂ 14 ਮਈ ਦੀ ਅਸੀਂ ਕਾਨਫਰੰਸ ਜਿਹੜੀ ਹੈ ਹੋਲਟ ਫਾਰਮ ਜਿਹੜਾ ਇੱਥੇ ਸਟੋਕਟਨ ਦੇ ਨੇੜੇ ਹੈ ਜਿਹੜਾ ਭਾਈ ਜਵਾਲਾ ਸਿੰਘ ਅਤੇ ਸੰਤ ਵਿਸਾਖਾ ਸਿੰਘ ਜੀ ਨੇ ਗਦਰ ਮੂਵਮੈਂਟ ਜਦੋਂ ਸ਼ੁਰੂ ਹੋਈ ਉਦੋਂ ਉਹਨਾਂ ਨੇ ਲੀਜ਼ 'ਤੇ ਲੈ ਕੇ ਇੱਥੇ ਬਾਬਿਆਂ ਨੇ ਵਾਹੀ ਕੀਤੀ ਅਤੇ ਮੈਂ ਉਹਨਾਂ ਨੂੰ ਐਤਕਾ ਕਿਹਾ ਕਿ ਇੱਕ ਵੱਖਰਾ ਜਿਹੜਾ ਐਂਗਲ ਹੈ ਕਿਉਂਕਿ ਜਿਹੜੇ ਇੱਥੇ ਗਦਰ ਮੂਵਮੈਂਟ ਦੇ ਮੇਲੇ ਲਾਉਂਦੇ ਥੋੜ੍ਹੇ ਜਿਹੇ ਲੋਕਾਂ ਦੇ ਵਹਿਮ 'ਚ ਹੋ ਗਿਆ ਕਿ ਉਹ ਲੋਕ ਹੀ ਮੇਲੇ ਲਾਉਂਦੇ ਆ ਜਿਹੜੇ ਸਿਰਫ ਲੈਫਟ ਸੋਚ ਦੇ ਨਾਲ ਨੇ ਜਾਂ ਲੈਫਟ ਸੋਚ ਵਾਲੇ ਆ ਦੂਜੇ ਲੋਕ ਨਹੀਂ ਇਹਦੇ ਨਾਲ ਇਨਵੋਲਵ ਹੁੰਦੇ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਨੂੰ ਥੋੜ੍ਹਾ ਜਿਹਾ ਭਾਈ ਜਵਾਲਾ ਸਿੰਘ ਅਤੇ ਵਿਸਾਖਾ ਸਿੰਘ ਜੀ ਦਾ ਜਿਹੜਾ ਰੋਲ ਸੀਗਾ ਇਸ ਮੂਵਮੈਂਟ ਦੇ ਵਿੱਚ ਉਹਦੇ ਉੱਤੇ ਬਾਬਾ ਜੀ ਆਪਾਂ ਨੂੰ ਕੁਛ ਸਬੂਤ ਸਾਹਿਬ ਕਰਨਾ ਚਾਹੀਦਾ ਤਾਂ ਉਹ ਕਹਿੰਦੇ ਵੀ ਠੀਕ ਹੈ ਤੁਹਾਡੀ ਗੱਲ ਆਪਾਂ ਕਾਨਫਰੰਸ ਵੀ ਜਿਹੜੀ ਹੋਲਟ ਫਾਰਮ 'ਤੇ ਕਰਾਂਗੇ ਸੋ ਮਾੜੀ ਗੱਲ ਹੈ ਕਿ ਉਹਨਾਂ ਨੇ 14 ਮਈ ਨੂੰ ਫਿਰ ਸਾਡੇ ਕੋਲ ਆਉਣਾ ਸੀਗਾ ਪਹਿਲਾਂ ਉਹਨਾਂ ਨੇ ਟੋਰਾਂਟੋ ਜਾਣਾ ਸੀਗਾ ਉਹ ਬਿਮਾਰ ਹੋ ਗਏ ਅਤੇ ਮੇਰੇ ਹਿਸਾਬ ਦੇ ਨਾਲ ਮੈਂ ਜੋ ਸੋਚਦਾ ਕਿ ਨੂਰ ਸਾਹਿਬ ਇੱਕ ਬੜੇ ਵੱਡੇ ਵਿਦਵਾਨ ਸੀਗੇ ਪਰ ਮੈਂ ਉਹਨਾਂ ਨੂੰ ਐਜ ਏ ਇਨਸਾਨ ਦੇ ਤੌਰ 'ਤੇ ਸਮਝਦਾ ਕਿ ਉਹ ਬਹੁਤ ਵੱਡੇ ਇਨਸਾਨ ਸੀ ਜਿਹੜੇ ਸਾਡੇ ਅੱਗੇ ਪੜ ਲੋਕਾਂ ਦੇ ਆਖੇ ਲਾ ਕੇ ਵੀ ਵੱਡੀ ਤੋਂ ਵੱਡੀ ਜਗ੍ਹਾ 'ਤੇ ਜਾਣ ਵਾਲੇ ਔਰ ਮੈਂ ਉਹਨਾਂ ਨੂੰ ਨੇੜਿਓਂ ਦੇਖਿਆ ਕਿ ਉਹ ਪੰਜਾਬੀਅਤ ਦੇ ਪੰਜਾਬੀ ਮਾਂ ਬੋਲੀ ਦੇ ਪੰਜਾਬੀ ਸਾਹਿਤ ਦੇ ਔਰ ਪੰਜਾਬੀ ਸਮਾਜ ਨੂੰ ਪਿਆਰ ਕਰਨ ਵਾਲਾ ਐਡਾ ਵਧੀਆ ਮਨੁੱਖ ਮੈਂ ਕੋਈ ਨਹੀਂ ਵੇਖਿਆ ਜਿੰਨਾ ਉਹ ਨੇੜਿਓਂ ਕੋਈ ਵੀ ਸਿੰਪਲ ਆਦਮੀ ਉਹਨਾਂ ਨੂੰ ਕਹੇ ਕਿ ਚਲੋ ਇੱਥੇ ਪੰਜਾਬੀ ਦੀ ਗੱਲ ਹੁੰਦੀ ਉੱਥੇ ਹੀ ਜਾਣ ਲਈ ਉਹ ਤਿਆਰ ਹੋ ਜਾਂਦੇ ਸੀਗੇ ਉਹ ਕੋਈ ਇੱਦਾਂ ਦੀ ਖੁਸ਼ੀਆਂ ਨਹੀਂ ਵੰਡਦੇ ਫਿਰਦੇ ਪਰ ਉਹਨਾਂ ਦੇ ਅੰਦਰ ਮੈਂ ਦੇਖਦਾ ਸੀ ਕਿ ਕੁਝ ਚੀਜ਼ਾਂ ਹੈਗੀਆਂ ਕਿ ਉਹ ਪੰਜਾਬੀ ਸਮਾਜ ਲਈ ਜਿਹੜਾ ਉਹ ਕਰਨੀਆਂ ਚਾਹੁੰਦੇ ਸੀਗੇ ਸੋ ਮੈਂ ਸਮਝਦਾ ਕਿ ਇੱਕ ਬੜਾ ਵੱਡਾ ਘਾਟਾ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਸਾਰੇ ਪੰਜਾਬੀ ਜਗਤ ਨੂੰ ਸਾਹਿਤ ਜਗਤ ਨੂੰ ਜੀ ਆਮ ਪੰਜਾਬੀਆਂ ਨੂੰ ਪਿਆ ਸਾਨੂੰ ਇਹ ਕਰਕੇ ਪਿਆ ਕਿ ਜਿੱਦਾਂ ਪ੍ਰੋਫੈਸਰ ਭਜਨ ਹੋਣੀ ਕਹਿ ਗਏ ਕਿ ਉਹਨਾਂ ਨੇ ਇੱਕ ਕਿਤਾਬ ਜਿਹੜੀ ਆ ਜਾਂ ਕਹਾਣੀਆਂ ਜਿਹੜੀਆਂ ਇਹਨਾਂ ਨੂੰ ਕਹਿ ਕੇ ਮੇਰੇ ਸਾਹਮਣੇ ਕਹਿ ਕੇ ਗਏ ਸੀਗੇ ਉਹ ਚਿੱਠੀ ਮੈਂ ਇਹਨਾਂ ਨੂੰ ਮੁੜ ਕੇ ਦਿੱਤੀ ਜਦੋਂ ਪੰਜਾਬੀ ਅਕੈਡਮੀ ਦੀ ਆਈ